सरकारी स्कूल दी मैडम बच्चों नू थप्पड़ मार दी दिखाई दे रही है। इस वीडियो नू ए क्या जा रहा है, बच्चे कह रहे ने कि मैडम दा अक्ष खराब करन लिए, सरकारी स्कूल दा अक्ष खराब करन लिए वीडियो बनाई गई है। और इस वीडियो दे विच साफ तौर पर हालांकि ये दिखाई दे रही है कि सरकारी स्कूल दी मैडम बच्चों नू बहुत जोर दी थप्पड़ मार दी दिखाई दे रही है। और बच्चा दा ए भी जो शरारती अंसर ने वीडियो बनाई ये भी दस्या जा रहा है कि भविख खराब करन दी कोशिश की जा रही है। एक बार वीडियो वाल भी रुक करांगे, फिर बलेर की वीडियो दसी जा रही है हल्का केम करन तो, जिते मैडम सरबजीत कौर ते इल्जाम लगाए जा रहे ने कि बच्चों की कुट मार करते ने, थप्पड़ मारे जाते ने बच्चों। हालांकि मापे इकट्ठे हो जाते हैं और बच्चे भी इकट्ठे होंगे ने, उन्हों का कहना है कि अजिहा बिल्कुल नहीं होया। मैडम सरबजीत कौर स्कूल च काफ़ी चिर दे पढ़ा रहे ने और जेकर यह किया जाए कि वह बच्चों का भविख खराब करने की कोशिश कर रहे हैं या भविख के नाल खिलवाड़ किया जा रहा है तो बिल्कुल गलत है। बच्चों का और मापिया का कहना है कि ये स्कूल दे ही किसी टीचर वालों ये वीडियो बनाई गई है और मैडम का अक्ष खराब करन दी अजिही वीडियो सोशल मीडिया से वायरल की जा रही है। तो वीडियो थानू दिखा रहे हैं हल्का खेमकरन दे अधीन पैंदे पिंड बलेर दे आदर्श सीनियर सैकेंडरी स्कूल की ये वीडियो दसी जा रही है, जिस विच काफ़ी तेजी के नाल वीडियो वायरल हो रही है, जिस दे विच मैडम वालों बच्चों नू थप्पड़ मारे जा रहे ने। वीडियो बना के कुछ शरारती अंसरां वालों सोशल मीडिया से वायरल की गई। बच्चों ने कहा कि सानू शक है कि यह वीडियो किसी स्कूल दे सर वालों ही बनाई गई है। उधर इस वीडियो नू बच्चों के मापे ने देखा तो मीडिया सामने आए और वीडियो बनाने वाले व्यक्ति ते कार्रवाई की भी मांग की है। तो इस मौके पर की कह रहे ने मैडम जिन्हां ते इल्जाम लगाए जा रहे ने और कुटमार करन वाले इल्जामां नू बिल्कुल तरीके दे नाल नकारदे हुए मापे की कह रहे ने तुहानू सुना दिंदे आ। जिहड़ी वीडियो वायरल होई है तू वी हैगे? ਕੀ ਗੱਲ ਹੋਈ ਸੀ ਜਿਹੜੀ? ਕੁਛ ਨਹੀਂ, ਸਾਡੀ ਗਲਤੀ, ਸਾਨੂੰ ਸਾਡੀ ਗਲਤੀ ਤੋਂ ਮੈਮ ਨੇ ਥੱਪੜ ਮਾਰੇ। ਤੇ ਜਿਹੜੀ ਵੀਡੀਓ ਵਾਇਰਲ ਕੀਤੀ ਜਾ ਰਹੀ ਉਹ 'ਚ ਕਿਹਾ ਜਾ ਰਿਹਾ ਕਿ ਮੈਡਮ ਵੱਲੋਂ ਲਗਾਤਾਰ ਬੱਚਿਆਂ ਨੂੰ ਇੱਥੇ ਕੁੱਟਿਆ ਮਾਰਿਆ ਜਾਂਦਾ ਤੇ ਇਹਨਾਂ ਦੀ ਬਦਲੀ ਕੀਤੀ ਜਾਵੇ। ਕੀ ਚਾਹੁੰਦੇ ਤੁਸੀਂ, ਬਦਲੀ ਹੋ ਜਾਏ ਇਹਨਾਂ ਦੀ? ਨਹੀਂ, ਉਹਨਾਂ ਦੀ ਬਦਲੀ ਨਹੀਂ ਹੋਣੀ ਚਾਹੀਦੀ, ਸਾਨੂੰ ਬਹੁਤ ਵਧੀਆ ਪੜ੍ਹਾਉਂਦੇ ਆ। ਕਿੰਨਵੀਂ ਕਲਾਸ ਪੜ੍ਹਦੇ? ਅਸੀਂ ਇੱਥੇ 4th 'ਚ ਪੜ੍ਹਦੇ ਆ, 5th 'ਚ ਮੈਮ ਆਈ ਸਾਨੂੰ ਉਦੋਂ ਦੀ, ਉਹ ਪੜ੍ਹਾਉਂਦਾ ਆ, ਬਹੁਤ ਵਧੀਆ ਪੜ੍ਹਾਉਂਦਾ ਆ। ਵੀਡੀਓ ਕਿੰਨੇ ਵਾਇਰਲ ਕੀਤੀ ਇੱਥੇ? ਵੀਡੀਓ ਸ਼ਾਇਦ ਦੇ ਡੀਪੀ ਸਰ ਨੇ ਵਾਇਰਲ ਕੀਤੀ ਆ। ਉਹ ਹੈ ਨਾ ਇੱਥੇ ਮੌਜੂਦ? ਹਾਂਜੀ। ਕੀ ਹੁਣ ਤੁਸੀਂ ਕੀ ਚਾਹੁੰਦੇ ਕਿ ਜੇ ਕੋਈ ਮੈਡਮ ਦੀ ਬਦਲੀ ਹੋਵੇ ਜਾਂ ਨਾ ਹੋਵੇ? ਨਹੀਂ ਹੋਣੀ ਚਾਹੀਦੀ ਮੈਡਮ ਦੀ ਬਦਲੀ, ਮੈਮ ਇੱਥੇ ਰਹਿਣੇ ਚਾਹੀਦੇ ਨੇ, ਮੈਮ ਬਹੁਤ ਵਧੀਆ ਪੜ੍ਹਾਉਂਦੇ ਆ। ਕਿਹੜੇ ਪਿੰਡ ਤੋਂ? ਬਲੇਰ ਪਿੰਡ ਤੋਂ। ਇੱਕ ਜਿਹੜੀ ਵੀਡੀਓ ਤੁਹਾਡੇ ਸਕੂਲ ਦੀ ਵਾਇਰਲ ਹੋ ਰਹੀ ਹੈ ਉਸ ਦੇ ਵਿੱਚ ਤੁਸੀਂ ਹੈਗੇ? ਹਾਂਜੀ। ਕਦ ਤੋਂ ਮਾਰਿਆ ਸੀ ਮੈਡਮ ਨੇ ਤੁਹਾਨੂੰ? ਸਾਰੇ ਸਕੂਲ ਦੀ ਸਰ ਫੈਲਵੈਲ 12ਵੀਂ ਤੇ 11ਵੀਂ ਦੀ ਫੇਅਰਵੈਲ ਹੁੰਦੀ ਸੀ ਅਤੇ ਸਾਡੀ ਕਲਾਸ 'ਚ ਕੋਈ ਟੀਚਰ ਨਹੀਂ ਸੀ, ਸਾਰੇ ਟੀਚਰ ਫੇਅਰਵੈਲ 'ਤੇ ਸੀ ਅਤੇ ਸਾਰੇ ਬੱਚੇ ਰੌਲਾ ਪਾਉਂਦੇ ਪਏ ਸੀ ਅਤੇ ਅਸੀਂ ਬਾਹਰ ਆਣ ਕੇ ਹੋਲੀ ਖੇਡਦੇ ਪਏ ਸੀ ਅਤੇ ਸਰ ਰਾਜੀਵ ਚੰਨੇ ਜਦੋਂ ਮੈਡਮ ਨੂੰ ਕਿਹਾ ਕਿ ਸਰ ਮੈਮ ਨੂੰ ਕਿ ਦੇਖ ਕੇ ਉਹ ਬੱਚੇ ਕੀ ਕਰਦੇ ਪਏ, ਇੰਨਾ ਰੌਲਾ ਕਦੋਂ ਪਾਉਂਦੇ ਪਏ, ਅਤੇ ਪਵਨ ਸਰ ਉੱਥੇ ਮੌਜੂਦ ਸੀ ਅਤੇ ਮੈਡਮ ਨੂੰ, ਪਵਨ ਸਰ ਨੇ ਕਿਹਾ ਕਿ ਪਵਨ ਸਰ ਨੇ ਕਿਹਾ ਹੈ ਕਿ ਬੱਚਿਆਂ ਦੇ ਥੱਪੜ ਮਾਰੋ ਅਤੇ ਸਰ ਨੇ, ਮੈਡਮ ਨੇ ਥੱਪੜ ਮਾਰੇ ਅਤੇ ਮੈਡਮ ਦੀ ਚੋਰੀ ਵੀਡੀਓ ਬਣਾਈ ਗਈ ਆ। ਵੀਡੀਓ ਕਿੰਨੇ ਬਣਾਈ? ਵੀਡੀਓ ਬਣਾਉਣ ਵਾਲਿਆਂ ਦੇ ਸਰ ਇੰਨਾ ਨਹੀਂ ਪਤਾ ਸਰ, ਪਰ ਜਿਹਨੇ ਵੀਡੀਓ ਬਣਾਈ ਬਹੁਤ ਗਲਤ ਕੀਤਾ। ਕੀ ਮੰਗ ਕਰਦੇ ਤੁਸੀਂ? ਸਰ ਉਹ ਇੱਥੇ ਵੀਡੀਓ 'ਤੇ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਬਣਾਈ ਹੈ। ਤੇ ਮੈਡਮ ਸਕੂਲ 'ਚ ਸਹੀ ਪੜ੍ਹਾਉਂਦੇ ਨੇ? ਹਾਂਜੀ। ਇਸ ਤੋਂ ਪਹਿਲਾਂ ਵੀ ਤੁਹਾਨੂੰ ਕੋਈ ਟੌਰਚਰ ਕੀਤਾ ਗਿਆ ਅੱਗੇ? ਨੋ ਸਰ, ਸਰ ਮੈਡਮ ਵਧੀਆ ਪੜ੍ਹਾਉਂਦੇ ਆ, ਜਦੋਂ ਸਾਡਾ ਫ੍ਰੀ ਪੀਰੀਅਡ ਹੁੰਦਾ ਉਹ ਵੀ ਮੈਡਮ ਉਦੋਂ ਵੀ ਸਾਨੂੰ ਪੜ੍ਹਾਉਂਦੇ ਆ ਮੈਮ, ਸਰ ਜਦੋਂ ਸਾਡੀ ਗਲਤੀ ਹੁੰਦੀ ਉਦੋਂ ਹੀ ਸਾਨੂੰ ਮੈਮ ਮਾਰਦੇ ਨੇ। ਕੀਤਾ ਬਟ ਬੋਇਜ਼ ਨੂੰ ਸਰ ਅਕਸਰ ਪਨਿਸ਼ਮੈਂਟ ਕਰਦੇ ਆ ਔਰ ਬਹੁਤ ਸਖਤ ਪਨਿਸ਼ਮੈਂਟ ਦਿੰਦੇ ਆ ਸਰ ਬੋਇਜ਼ ਨੂੰ। ਔਰ ਜਿਸ ਦਿਨ ਸਰ ਇਹ ਵੀਡੀਓ ਬਣਦੀ ਪਈ ਕੋਈ ਪੇਰੈਂਟਸ ਨਹੀਂ ਸੀਗਾ ਸਕੂਲ ਦੇ ਵਿੱਚ, ਸਿਰਫ ਉਹ ਟੀਚਰ ਸੀਗੇ ਉਹ ਵੀ ਫੇਅਰਵੈਲ ਹੋਣ ਦੀ ਉਸ ਵਿੱਚ ਸ਼ਾਮਿਲ ਸੀਗੇ। ਔਰ ਡੀਪੀ ਸਰ ਨੇ ਸਾਨੂੰ ਹੋਲੀ ਖੇਡਦਿਆਂ ਨੂੰ ਦੇਖਿਆ ਹੈਗਾ, ਡੀਪੀ ਸਰ ਸਰ ਮੈਮ ਨੂੰ ਬੁਲਾ ਲਿਆ ਸੀ ਔਰ ਮੇ ਵੀ ਮੈਨੂੰ ਜਿੱਥੋਂ ਤੱਕ ਲੱਗਦਾ ਕਿ ਸਰ ਮੈਮ ਨੂੰ ਸਰ ਨੇ ਕਿਹਾ ਸੀ ਸਾਡੇ ਥੱਪੜ ਲਗਾਉਣ ਲਈ। ਬੱਚੇ ਤੁਸੀਂ ਕੀ ਚਾਹੁੰਦੇ ਹੋ ਕਿ ਜਿਹੜੇ ਟੀਚਰ ਨੇ ਤੁਹਾਨੂੰ ਮਾਰਿਆ ਸੀ ਉਹਨਾਂ ਦੀ ਬਦਲੀ ਹੋ ਜਾਏ, ਇੱਥੋਂ ਚਲੇ ਜਾਣ? ਕੀ ਕਹਿਣਾ ਚਾਹੁੰਦੇ ਤੁਸੀਂ? ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਡੀ ਮੈਡਮ ਇੱਥੇ ਰਹਿਣਾ ਚਾਹੀਦੀ ਆ, ਤੇ ਜੇ ਸਾਡੀ ਮੈਡਮ ਚਲ ਗਈ ਸਾਡੇ ਸਕੂਲ ਦਾ ਬਹੁਤ ਮਾਹੌਲ ਖਰਾਬ ਹੋਣਾ ਆ। ਮੈਂ ਇੱਥੇ ਮਿਡ ਡੇ ਮੀਲ 'ਚ ਵੀ ਰਹਿੰਦੀ ਜੀ ਤੇ ਮੈਂ ਜਿਹੜੀ ਸਿਖਿਆਈ ਆ ਸਿਖਿਆਈ ਹੋਣੀ ਆ, ਜਿਹੜਾ ਮਾਂ ਪਿਓ ਹੁੰਦਾ ਬੱਚੇ ਨੂੰ ਜੰਮ ਕੇ ਘੱਲ ਦਿੰਦਾ, ਅਸਲ ਮਾਂ ਪਿਓ ਇਹ ਆ ਵਿੱਦਿਆ ਪੜ੍ਹਾਉਣ ਵਾਲੇ ਅਤੇ ਨੌਕਰੀਆਂ 'ਤੇ ਲਾਉਣ ਵਾਲੇ। ਮੈਡਮ ਦੀਆਂ ਕੁੜੀਆਂ ਪੜ੍ਹਾਈਆਂ ਟੀਚਰਾਂ ਲੱਗਣ ਡਈਆਂ ਵਾ ਅਤੇ ਸਾਨੂੰ ਇਸ ਗੱਲ ਦੀ, ਸਾਡੇ ਬੱਚੇ ਪੜ੍ਹਦੇ ਆ ਵੀ ਸਾਡਾ ਵੀ ਕੋਈ ਗਰੀਬ ਦਾ
ਬੱਚਾ ਜਿਹੜਾ ਹੈ ਲੱਗੇ ਕਿ ਜਿਹੜੀ ਇਹ ਵੀਡੀਓ ਵਾਇਰਲ ਹੈ ਕੋਟ ਰਹੇ ਨੇ ਮੈਡਮ ਇਹਨਾਂ ਦਾ ਵਿਹਾਰ ਇਸ ਤਰ੍ਹਾਂ ਦਾ ਹੀ ਨਹੀਂ ਇਦਾਂ ਦਾ ਨਹੀਂ ਉਹ ਤਾਂ ਹੁਣ ਸਾਡੀ ਤੁਹਾਨੂੰ ਵੀ ਇਸ ਗੱਲ ਦਾ ਤੁਹਾਨੂੰ ਖੁਦ ਪਤਾ ਹੁੰਦਾ ਵੀ ਜਿੱਥੇ ਉਹ ਗੱਲ ਕਰ ਸਕਦੇ ਆ ਵੀ ਸਤਾਨੀ ਹੋ ਗਈ ਆ ਚੱਲ ਕਿਸ ਤਰ੍ਹਾਂ ਕੋਈ ਸਮਝ ਲਓ ਤੁਸੀਂ ਤੇ ਪਰ ਹੈ ਨਹੀਂ ਸਾਡੀ ਮੈਡਮ ਇਹ ਬਹੁਤ ਗੋਡ ਆ 6 ਸਾਲ ਤੋਂ ਸਰ ਕੀ ਨਾਮ ਹੈ ਤੁਹਾਡੇ ਮੇਰਾ ਪਵਨ ਕੁਮਾਰ ਹੈ ਕੀ ਹੈ ਡਿਊਟੀ ਤੁਹਾਡੀ ਇਸ ਮੈਂ ਡੀਪੀ ਆਈ ਹਾਂ ਸਰ ਤੁਹਾਡੇ ਬੱਚਿਆਂ ਨੂੰ ਦੋਸ਼ ਲਾਇਆ ਜਾ ਰਿਹਾ ਕਿ ਜਿਹੜੀ ਇਹ ਕੁੱਟਮਾਰ ਹੋਈ ਆ ਤੁਸੀਂ ਉਹਨਾਂ ਨੂੰ ਕਿਹਾ ਸੀ ਮੈਡਮ ਨੂੰ ਕਿ ਬੱਚਿਆਂ ਦੇ ਥੱਪੜ ਮਾਰੇ ਜਾਣ ਅਤੇ ਉਹਨਾਂ ਦੀ ਵੀਡੀਓ ਵੀ ਤੁਸੀਂ ਵਾਇਰਲ ਕੀਤੀ ਹੈ ਨਹੀਂ ਨਹੀਂ ਜੀ ਉਸ ਦਿਨ ਮੈਂ ਇੱਥੇ ਹੈ ਹੀ ਨਹੀਂ ਸੀ ਜੇ ਹੁੰਦਾ ਤਾਂ ਸਕੂਲ ਦੇ ਵਿੱਚ ਡਿਸਿਪਲਿਨ ਦਾ ਕੰਮ ਤਾਂ ਮੇਰਾ ਹੀ ਜੇ ਕੋਈ ਵੀ ਬੱਚਾ ਜਿਵੇਂ ਗਲਤੀ ਕਰਦਾ ਹੈ ਡਿਸਿਪਲਿਨ ਦਾ ਕੰਮ ਮੇਰਾ ਦੂਸਰਾ ਗੱਲ ਬੱਚਿਆਂ ਨੂੰ ਕੁੱਟਣਾ ਗਲਤ ਹੈ ਇੱਕ ਦੋ ਤਿੰਨ ਬੱਚੇ ਨੇ ਸਾਰੇ ਹੀ ਬੱਚੇ ਕਹਿ ਰਿਹਾ ਕਿ ਪਰਮਜੀਤ ਸਰ ਉੱਤੇ ਮੌਜੂਦ ਸੀ ਇਹਨਾਂ ਹੀ ਕਿਹਾ ਸੀ ਤੁਸੀਂ ਮੈਂ ਮੌਜੂਦ ਸੀ ਹਾਂਜੀ ਕਿ ਤੁਸੀਂ ਹਾਂਜੀ ਨਹੀਂ ਨਹੀਂ ਜਿਹੜੀ ਵੀਡੀਓ ਵੀ ਤੁਸੀਂ ਵਾਇਰਲ ਕੀਤੀ ਹੈ ਨਹੀਂ ਸਰ ਤੁਸੀਂ ਜਾਂਚ ਕਰੋ ਕਿ ਕਿਹਨੇ ਵਾਇਰਲ ਕੀਤੀ ਹੈ ਮੈਂ ਕਿਉਂ ਵੀਡੀਓ ਬਣਾਉਂਗਾ ਸਕੂਲ ਦੀ ਦੂਸਰੀ ਗੱਲ ਮੈਡਮ ਨਾਲ ਮੇਰੀ ਕੀ ਦੁਸ਼ਮਣੀ ਹੈ ਜੋ ਮੈਂ ਵੀਡੀਓ ਬਣਾ ਕੇ ਵਾਇਰਲ ਕਰੂੰਗਾ ਸਭ ਗੱਲ ਤੁਹਾਡੇ ਸਾਹਮਣੇ ਕਹਿ ਰਹੇ ਨੇ ਨਹੀਂ ਬੁਲਾਓ ਤੁਹਾਡੀ ਬੇਟੀ ਵੀ ਇੱਥੇ ਪੜ੍ਹਦੀ ਹਾਂਜੀ ਕੀ ਨਾਮ ਹੈ ਜਸਰੀਨ ਕੌਰ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਹਦੇ ਵਿੱਚ ਹੈ ਬੇਟੀ ਨਹੀਂ ਉਹਦੇ 'ਚ ਬੇਟੀ ਨਹੀਂ ਹੈ ਬਟ ਐਡੀ ਕੋਈ ਆਫਤ ਵੀ ਨਹੀਂ ਹੈ ਕਿ ਜੇ ਮੈਮ ਨੇ ਡਰ ਦਿੱਤਾ ਹੈ ਇੱਥੇ ਤਾਂ ਬੜੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਕਈ ਥੱਲੇ ਕਮੈਂਟ ਕਰ ਰਹੇ ਨੇ ਕਿ ਮੈਡਮ ਦੀ ਬਦਲੀ ਹੋਣੀ ਚਾਹੀਦੀ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਅੱਛਾ ਜੀ ਜਿਹੜਾ ਵੀ ਕੋਈ ਟੀਚਰ ਰਾਈਟ ਹੋਵੇ ਕਿਸੇ ਵੀ ਜਗ੍ਹਾ 'ਤੇ ਕੋਈ ਵੀ ਇਨਸਾਨ ਰਾਈਟ ਹੋਵੇ ਤਾਂ ਸਾਰੇ ਹੀ ਉਸਦੇ ਖਿਲਾਫ਼ ਹੋ ਜਾਂਦੇ ਆ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਪੜ੍ਹਾਈ ਕਿੱਦਾਂ ਦੀ ਮੈਡਮ ਕਿਸ ਤਰ੍ਹਾਂ ਦੀ ਬੈਸਟ ਆ ਸਕੂਲ ਦੇ ਵਿੱਚ ਵਿਹਾਰ ਕਿੱਦਾਂ ਦਾ ਇਹਨਾਂ ਦਾ ਮੈਡਮ ਦਾ ਹਾਂਜੀ ਜੀ ਗੁੱਡ ਆ ਕੀ ਚਾਹੁੰਦੇ ਤੁਸੀਂ ਮੇਰੀ ਬੱਚੀ ਨੂੰ ਤੇ ਮਾਂ ਵਾਲਾ ਵੀ ਪਿਆਰ ਮਿਲਿਆ ਸਰਬਜੀਤ ਮੈਮ ਅੱਜ ਤੋਂ 4 ਸਾਲ ਪਹਿਲਾਂ ਮੈਂ ਫੋਰਨ ਕੰਟਰੀ ਸੀ 5 ਸਾਲ ਤੱਕ ਮੈਂ ਉੱਥੇ ਸੀ ਮੇਰੀ ਬੱਚੀ ਦੈਟ ਟਾਈਮ ਬਹੁਤ ਛੋਟੀ ਸੀ ਤੇ ਔਰ ਮੇਰੀ ਬੱਚੀ ਨੂੰ ਇਸ ਸਕੂਲ ਦੇ ਸਟਾਫ ਤੋਂ ਇੱਕ ਮਾਪਿਆਂ ਵਾਲਾ ਪਿਆਰ ਮਿਲਿਆ ਸਰਬਜੀਤ ਮੈਮ ਰੇਖਾ ਮੈਮ ਰਾਣੀ ਮੈਮ ਐਂਡ ਚਮਕੌਰ ਸਰ ਦੈਟ ਟਾਈਮ ਪੂਨਮ ਸ਼ਰਮਾ ਪ੍ਰਿੰਸੀਪਲ ਸੀ ਦੈਟ ਟਾਈਮ ਤਾਂ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਸੀ ਜੋ ਹੁਣ ਇੱਕ ਇਹ ਅਕਸਰ ਸਟਾਫ ਦੇ ਕਿਸ ਮੈਂਬਰ ਨੇ ਵੀਡੀਓ ਕੀਤੀ ਹੈ ਵਾਇਰਲ ਕੀ ਚਾਹੁੰਦੇ ਤੁਸੀਂ ਉੱਥੇ ਕਾਰਵਾਈ ਚਾਹੁੰਦੇ ਨਹੀਂ ਅਸੀਂ ਮੈਮ ਤੇ ਕੋਈ ਕਾਰਵਾਈ ਨਹੀਂ ਜਿਹਨੇ ਵੀਡੀਓ ਵਾਇਰਲ ਕੀਤੀ ਅਸੀਂ ਉਹਨਾਂ ਨੂੰ ਵੀ ਚਾਹੁੰਦੇ ਹਾਂ ਕਿ ਥੋੜ੍ਹਾ ਜੋ ਵੀ ਕਰਨਾ ਹੈ ਜੋ ਤੁਹਾਡਾ ਨਿੱਜੀ ਮਾਮਲਾ ਹੈ ਕੁਛ ਵੀ ਪ੍ਰੋਬਲਮ ਹੈ ਉਹ ਅਸ ਵਿੱਚ ਸੁਲਝਾਓ ਇੱਥੇ ਬੱਚੇ ਪੜ੍ਹਦੇ ਤੁਹਾਡੇ ਹਾਂਜੀ ਸਾਡੇ ਬੱਚੇ ਇੱਥੇ ਪੜ੍ਹਦੇ ਆ ਸਾਡੀ ਬੇਟੀ ਕਿਰਨਦੀਪ ਕੌਰ 10th ਕਲਾਸ ਦੇ ਵਿੱਚ ਵੀਡੀਓ ਵਿੱਚ ਹੈ ਵੀਡੀਓ ਬੇਟੀ ਬੇਟੀ ਵੀਡੀਓ 'ਚ ਹੈ ਸਾਨੂੰ ਪਹਿਲਾਂ ਇੱਕ ਇੰਪਰੋਵੇਸ਼ਨ ਮਿਲੀ ਸੀ ਮੈਡਮ ਨੇ ਸਾਡੇ ਨਾਲ ਫੋਨ 'ਤੇ ਸੰਪਰਕ ਕੀਤਾ ਕਿ ਤੁਹਾਡੇ ਬੱਚਿਆਂ ਨੇ ਕੁਛ ਸਕੂਲ ਦੇ ਵਿੱਚ ਗਲਤੀ ਕੀਤੀ ਆ ਇਸ ਵਜ੍ਹਾ ਤੋਂ ਅਸੀਂ ਬੱਚਿਆਂ ਨੂੰ ਡਾਂਟ ਪਾਈ ਆ ਅਸੀਂ ਖੁਦ ਇਹ ਚੀਜ਼ ਕਹਿੰਦੇ ਅਸੀਂ ਪੇਰੈਂਟਸ ਹੋਣ ਦੇ ਨਾਂ 'ਤੇ ਅਗਰ ਬੱਚੇ ਨੂੰ ਅਸੀਂ ਸਕੂਲ ਭੇਜਦੇ ਹਾਂ ਤਾਂ ਕਿਸੇ ਸ਼ਿਕਸ਼ਾ ਦੇਣ ਵਾਸਤੇ ਭੇਜਦੇ ਹਾਂ ਨਾ ਕਿ ਬੱਚਾ ਸਾਡਾ ਕੋਈ ਅਨਡਿਸਪਲਿਨ ਕਾਰਵਾਈ ਕਰੇ ਅਤੇ ਉਹ ਸਾਨੂੰ ਘਰ ਦੇ ਵਿੱਚ ਵੀ ਮਨਜ਼ੂਰ ਨਹੀਂ ਹੈ ਔਰ ਸਕੂਲ ਦੇ ਵਿੱਚ ਵੀ ਮਨਜ਼ੂਰ ਨਹੀਂ ਹੈ ਅਗਰ ਕਿਸੇ ਬੱਚੇ ਨੇ ਅਨਡਿਸਪਲਿਨ ਕਾਰਵਾਈ ਕੀਤੀ ਆ ਅਤੇ ਜੇ ਟੀਚਰ ਦਾ ਫਰਜ਼ ਬਣਦਾ ਉਹਨੂੰ ਝਿੜਕਣਾ ਅਗਰ ਟੀਚਰ ਨੇ ਉਹਦੇ ਵਾਸਤੇ ਝਿੜਕਿਆ ਹੈ ਤਾਂ ਉਹਦੇ ਵਿੱਚ ਟੀਚਰ ਦਾ ਕੋਈ ਕਸੂਰ ਨਹੀਂ ਹੈ ਸਾਡੇ ਬੱਚਿਆਂ ਦਾ ਕਸੂਰ ਹੈ ਹੁਣ ਕੀ ਚਾਹੁੰਦੇ ਕੀ ਜੇ ਮੈਡਮ 'ਤੇ ਕਾਰਵਾਈ ਚਾਹੁੰਦੇ ਮੈਡਮ 'ਤੇ ਕਾਰਵਾਈ ਕੁਛ ਨਹੀਂ ਹੋਣੀ ਚਾਹੀਦੀ ਇਹ ਜਿਹਨੇ ਵੀਡੀਓ ਵਾਇਰਲ ਕੀਤੀ ਆ ਉਹਦੇ 'ਤੇ ਪ੍ਰੋਪਰ ਕਾਰਵਾਈ ਹੋਣੀ ਚਾਹੀਦੀ ਆ ਕੱਲ੍ਹ ਨੂੰ ਮੰਨ ਲਓ ਕੋਈ ਬੱਚਿਆਂ ਦੇ ਨਾਲ ਕੋਈ ਬੱਚਾ ਇੱਥੇ ਗਲਤ ਹਰਕਤ ਕਰਦਾ ਕੋਈ ਕਾਰਵਾਈ ਕਰਦਾ ਹੈ ਉਹਦੇ ਵਿੱਚ ਫਿਰ ਵੀ ਕਿੱਥੇ ਆਉਣਾ ਸਕੂਲ ਦੇ ਟੀਚਰਾਂ ਦੇ ਉੱਤੇ ਆਉਣਾ ਹੈ ਕਿ ਟੀਚਰਾਂ ਨੇ ਕਿਉਂ ਨਹੀਂ ਇਹਨਾਂ ਨੂੰ ਡੱਕਿਆ ਬੱਚਿਆਂ ਨੂੰ ਕੱਲ੍ਹ ਨੂੰ ਕੋਈ ਬੱਚਾ ਉੱਪਰੋਂ ਛਾਲ ਮਾਰ ਦੇਗਾ ਹਰਕਤ ਕਰੇਗਾ ਲੜਦੇ ਝਗੜਦੇ ਬੱਚੇ ਟੀਚਰ ਦਾ ਫਰਜ਼ ਹੈ ਝਿੜਕਣਾ ਬੱਚਾ ਕੱਲ੍ਹ ਨੂੰ ਕੋਈ ਕਹੇਗਾ ਫਿਰ ਵੀ ਪੇਰੈਂਟਸ ਨੇ ਆਣ ਕੇ ਕਹਿਣਾ ਟੀਚਰ ਨੇ ਕਿਉਂ ਨਹੀਂ ਡੱਕਿਆ ਅਗਰ ਟੀਚਰ ਡੱਕਦਾ ਹੈ ਤਾਂ ਅਸੀਂ ਤਾਂ ਵੀ ਕਹਿੰਦੇ ਹਾਂ ਕਿ ਟੀਚਰ ਗਲਤ ਹੈ ਟੀਚਰ ਗਲਤ ਨਹੀਂ ਹੈਗਾ ਇੱਥੇ ਵੀਡੀਓ ਬਣਾਉਣ ਵਾਲਾ ਗਲਤ ਹੈ ਕਿੰਨੀ ਪੁਰਾਣੀ ਵੀਡੀਓ ਹੈ ਤਕਰੀਬਨ ਇਹ ਤਕਰੀਬਨ ਮਾਰਚ ਮਹੀਨੇ ਦੀ ਵੀਡੀਓ ਆ ਹੋਲੀ ਟਾਈਮ ਦੀ ਆ ਅਨਡਿਸਪਲਿਨ ਕਾਰਵਾਈ ਹੈ ਬਿਨਾਂ ਕਿਸੇ ਪਰਮਿਸ਼ਨ ਤੋਂ ਜਦੋਂ ਬੱਚੇ ਸਕੂਲ ਦੇ ਵਿੱਚ ਹੋਲੀ ਖੇਡ ਰਹੇ ਆ ਕਿਉਂਕਿ ਕੁਛ ਬੱਚੇ ਪ੍ਰਾਈਵੇਟ ਸਕੂਲਾਂ ਤੋਂ ਆਏ ਹੁੰਦੇ ਆ ਪ੍ਰਾਈਵੇਟ ਸਕੂਲਾਂ ਦੇ ਵਿੱਚ ਕੀ ਆ ਬੱਚਿਆਂ ਨੂੰ ਕਹਿ ਲੈਣਾ ਘਰੋਂ ਰੰਗ ਲਿਆਓ ਇੱਥੇ ਆਪਾਂ ਸਕੂਲ 'ਚ ਹੋਲੀ ਮਨਾਵਾਂਗੇ ਜਦੋਂ ਇਸ ਸਕੂਲ ਦੇ ਰੂਲ ਨਹੀਂ ਹੈ ਰੂਲ ਰੈਗੂਲੇਸ਼ਨ ਤੋਂ ਬਾਹਰ ਹੈ ਜਿਹੜੀ ਚੀਜ਼ ਅਨਡਿਸਪਲਿਨ ਕਾਰਵਾਈ ਜਿਹੜੇ ਬੱਚੇ ਕਰਦੇ ਆ ਉਹਨਾਂ 'ਤੇ ਜਦੋਂ ਕੋਈ ਟੀਚਰ ਕਾਰਵਾਈ ਕਰਦਾ ਹੈ ਤਾਂ ਉਹ ਟੀਚਰ ਗਲਤ ਨਹੀਂ ਹੈ ਉਹਦੇ ਵਿੱਚ ਬੱਚੇ ਗਲਤ ਹੈਗੇ ਮੇਰਾ ਨਾਮ ਸਰਬਜੀਤ ਕੌਰ ਹੈ ਅਤੇ ਤੁਹਾਡੀ ਸਕੂਲ ਦੇ ਵਿੱਚ ਕੀ ਡਿਊਟੀ ਹੈ ਜੀ ਸਰ ਮੈਂ ਸੈਕੰਡਰੀ ਟੀਚਰ ਹਾਂ ਮੈਂ 6ਵੀਂ ਤੋਂ ਲੈ ਕੇ 10ਵੀਂ ਤੱਕ ਦੇ ਸਟੂਡੈਂਟਸ ਨੂੰ ਟੀਚ ਕਰਦੀ ਹਾਂ ਸੋਸ਼ਲ ਸਾਇੰਸ ਟੀਚ ਕਰਦੀ ਹਾਂ ਮੈਮ ਇੱਕ ਬੜੀ ਤੇਜ਼ੀ ਨਾਲ ਵੀਡੀਓ ਵਾਇਰਲ ਹੋ ਰਹੀ ਹੈ ਕਿ ਤੁਹਾਡੇ ਵੱਲੋਂ ਬੱਚਿਆਂ ਨੂੰ ਕੁਛ ਕੁੱਟਿਆ ਮਾਰਿਆ ਜਾ ਰਿਹਾ ਹੈ ਕੀ ਕਾਰਨ ਬਣ ਗਿਆ ਕਿ ਜਿਹੜਾ ਤੁਸੀਂ ਬੱਚਿਆਂ ਨੂੰ ਕੁੱਟ ਰਹੇ ਜੀ ਸਰ ਐਕਚੁਅਲੀ ਸਕੂਲ ਦੇ ਵਿੱਚ ਮੈਂ 2016 ਤੋਂ ਇੱਥੇ ਹੈਗੀ ਹਾਂ ਔਰ ਹਮੇਸ਼ਾ ਹੀ ਮੈਂ ਬੱਚਿਆਂ ਦੀ ਪੜ੍ਹਾਈ ਔਰ ਡਿਸਿਪਲਿਨ ਨੂੰ ਪ੍ਰਾਇਓਰਟੀ ਦਿੱਤੀ ਹੈ ਠੀਕ ਹੈ ਔਰ ਬੱਚਿਆਂ ਦੀ ਓਵਰਆਲ ਡਿਵੈਲਪਮੈਂਟ ਨੂੰ ਵੀ ਹਮੇਸ਼ਾ ਹੀ ਮੈਂ ਕਦੀ ਵੀ ਬੱਚਿਆਂ ਦੇ ਇਨਡਿਸਿਪਲਿਨ ਨੂੰ ਇਗਨੋਰ ਨਹੀਂ ਕਰਦੀ ਉਦਨ ਕੀ ਸੀਗਾ ਸਾਡੇ ਸਕੂਲ ਦੇ ਵਿੱਚ ਫੇਅਰਵੈਲ ਹੋ ਰਹੀ
जिहड़ा कि क्लास बिना टीचर तो सी, ईवन प्राइमरी विंग भी सैकेंडरी विंग भी, ठीक है, सारे टीचर जिहड़े सीगे वो ग्यारहवीं बारहवीं की फेयरवैल हो रही थी, सारे टीचर उत्थे सीगे, मैं भी उत्थे सी। इन बिटवीन स्कूल दे विच बहुत ज़्यादा शोर शराबा होना शुरू हो गया। डी पी सर जिहड़े कि साडे स्कूल दे विच पवन कुमार जिन्हां दा नाम है, वह बाहर आए और उन्होंने आके दोबारा फिर मैसेज में आकर राजदीप सर जो कि साडे स्कूल दे बतौर इंचार्ज ने हुण भी, उन्होंने आके कहा कि स्कूल दे विच बहुत ज़्यादा इनडिसिप्लिन आ। सर ने मैनू फेयरवैल दे विच मेरा नाम अनाउंस करके कहा कि मैम जाके देखो। मैं गई और मेरी क्लास के बच्चे जिहड़े ने होली खेल रहे थे। जो मैं देखा कि वह होली खेल रहे हैं तो उन्होंने बुलाया गया और डी पी सर ने मैंने कहा कि मैडम ढाडी क्लास के बच्चे, मैंने कमेंट करके ये गल कही कि मैडम ढाडी क्लास के बच्चे जो होली खेडन रहे हैं, तो मतलब इन जो मैं देखा कि वो होली खेल रहे हैं थोड़ा मैं बच्चों डांटिया भी, तो मैं उन्होंने थोड़ा पनिश भी किया। इस ज़्यादा तो वीडियो किन्ने बनाई है जी? सर वीडियो स्कूल के बनी है। किन्ने बनाई है सर? मैं लगता है कि जे मतलब मैं अंदरों बुलाया गया तो यह सारा काम जो प्लानिंग के तहत होया, क्योंकि डी पी जिहड़ा आ उह स्कूल दे विच अनुशासन का काम उहदा है, जे स्कूल दे विच इनडिसिपलन सीगा ते उह बाहर अंदर जाके इंचार्ज नूं इह क्यों कहिंदे कि हाँ जी सर मैडम बाहर भेजो, उन्होंने डिसिपलन नूं खुद मेनटेन क्यों नहीं किया जदों कि उन्होंने प्राइमरी ड्यूटी अपनी है कि वह डिसिपलन मेनटेन कर दे। की चाहते तुसीं हुण? सर मैं चाहनी हाँ कि जिहड़ी ये वीडियो वायरल हुई ने, पहली गल तो यह है कि सर देखो छोटे छोटिया बच्चिया ने, ठीक है, उन्होंने वीडियो वायरल करन लगे, मैं तो एक टीचर हाँ तो उन्होंने वीडियो वायरल करन लगे, मैं इन्होंने सोचा नहीं। ये सारा कुछ जिहड़ा है मेरे अक्स नूं, मेरी जिहड़ियां वैल्यूज़ आ, मेरी जो इत्थे पहचान आ उन्हूं खत्म करन लई कीता जा रहा, क्योंकि मैं इस स्कूल दे विच बच्चों की लाइफ नाल जुड़ी हुई हूँ। स्ट्रिक्ट मैं जरूर हाँ बट मैं बच्चों की लाइफ नाल जुड़ी हुई। सारे पेरेंट्स तुसीं देखो इत्थे कोई भी पेरेंट्स जिहड़ा मेरे इत्थे अगेंस्ट नहीं है, वो क्यों? क्योंकि मैं हमेशा ही बच्चों की प्रायोरिटी जिहड़ी उन्होंने पढ़ाई नूं दित्ती है, ठीक है, और मैं चाहनी हाँ कि वाकई ही जिहड़ी ये चीज़ होई है ये जी है ये खिलाफ़ कार्रवाई हो और इनवैसटीगेट किया जाए कि वीडियो किन्ने बनाई है। जो इंचार्ज स्कूल के पी एन स्कूल के ने तो वीडियो बना के मतलब इस तरह वीडियो तो हर कोई बना लूगा। फिर कितनी पुरानी वीडियो है तकरीबन? सर ये मार्च के महीने तक की है। कितनी तकरीबन? चार पाँच सर मतलब तीन चार महीने पुरानी है।